ਆਜ਼ਾਦੀ ਦਿਹਾੜੇ ਤੇ ਨਿੱਕੇ ਨਿੱਕੇ ਬੱਚਿਆਂ ਦੇ ਵਿੱਚ ਵੀ ਦੇਸ਼ ਭਗਤੀ ਦਾ ਅਜਿਹਾ ਜਜ਼ਬਾ ਨਜ਼ਰ ਆਇਆ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਜਿੱਥੇ ਇਸ ਸਕੂਲ ਦੇ ਬੱਚੇ ਵਰਦੇ ਮੀਂਹ ਦੇ ਵਿੱਚ ਗਰਾਊਂਡ ਦੇ ਵਿੱਚ ਪਰੇਡ ਕਰ ਰਹੇ ਨੇ। ਜਦੋਂ ਇਹ ਬੱਚੇ ਇਸ ਗਰਾਊਂਡ 'ਚ ਪਹੁੰਚੇ ਅਤੇ ਝੰਡਾ ਫਹਿਰਾਇਆ ਗਿਆ ਤਾਂ ਉਸ ਤੋਂ ਬਾਅਦ ਪਰੇਡ ਸ਼ੁਰੂ ਹੋ ਗਈ। ਇਸੇ ਵਿਚਾਲੇ ਹੀ ਅਚਾਨਕ ਤੇਜ਼ ਬਰਸਾਤ ਹੋਣ ਲੱਗ ਗਈ, ਪਰ ਇਹਨਾਂ ਬੱਚਿਆਂ ਦੇ ਕਦਮ ਨਹੀਂ ਰੁਕੇ। ਉਸੇ ਤਰ੍ਹਾਂ ਗਰਾਊਂਡ ਦੇ ਵਿੱਚ ਨੇਮ ਦੇ ਨਾਲ ਆਪਣੀ ਪਰੇਡ ਕਰਦੇ ਰਹੇ ਨੇ। ਤਸਵੀਰਾਂ ਦੇਖੋ ਕਿ ਕਿੰਨਾ ਭਾਰੀ ਮੀਂਹ ਪੈ ਰਿਹਾ, ਕਿੰਨਾ ਤੇਜ਼ ਮੀਂਹ ਪੈ ਰਿਹਾ ਹੈ, ਪਰ ਇਹ ਬੱਚੇ ਇਸੇ ਵਰਦੇ ਮੀਂਹ ਦੇ ਵਿੱਚ ਪੂਰੇ ਭਿੱਜ ਚੁੱਕੇ ਨੇ, ਕਦਮ ਨਹੀਂ ਰੁਕ ਰਹੇ, ਪਰੇਡ ਕਰ ਰਹੇ ਨੇ ਗਰਾਊਂਡ ਦੇ ਵਿੱਚ। ਵੀਡੀਓ ਸੰਗਰੂਰ ਦੀ ਹੈ, ਜਿੱਥੇ ਸੰਗਰੂਰ ਦੇ ਵਿੱਚ ਗਰਾਊਂਡ ਦੇ ਵਿੱਚ ਇਹ ਬੱਚੇ ਪਰੇਡ ਕਰ ਰਹੇ ਨੇ। ਸਕੂਲ ਦੇ ਬੱਚੇ ਨੇ, ਛੋਟੇ ਛੋਟੇ ਬੱਚੇ ਵੀ ਨਾਲ ਮੌਜੂਦ ਨੇ, ਨਾਲ ਇੱਥੇ ਵਿਦਿਆਰਥਣਾਂ ਵੀ ਨੇ ਜੋ ਇਸ ਗਰਾਊਂਡ ਦੇ ਵਿੱਚ ਲਗਾਤਾਰ ਪਰੇਡ ਕਰਦੇ ਨਜ਼ਰ ਆ ਰਹੇ ਨੇ। ਤਾਂ ਉੱਤੋਂ ਤੇਜ਼ ਬਰਸਾਤ ਹੋ ਰਹੀ ਹੈ, ਥੱਲੇ ਗਰਾਊਂਡ ਵੀ ਪੂਰੀ ਤਰ੍ਹਾਂ ਦੇ ਨਾਲ ਗਿੱਲੀ ਹੋ ਚੁੱਕੀ ਹੈ, ਕਿਤੇ ਕਿਤੇ ਪਾਣੀ ਵੀ ਭਰ ਗਿਆ ਹੈ, ਪਰ ਬੱਚਿਆਂ ਦੇ ਕਦਮ ਲਗਾਤਾਰ ਅੱਗੇ ਵੱਧਦੇ ਰਹੇ ਨੇ ਜਦੋਂ ਤੱਕ ਉਹਨਾਂ ਦੀ ਪਰੇਡ ਪੂਰੀ ਨਹੀਂ ਹੋਈ ਹੈ। ਨਹਿਰਾ ਗਾਗਾ ਦੀ ਅਨਾਜ ਮੰਡੀ ਦੇ ਵਿੱਚ ਇਹ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਜਿੱਥੇ SDM ਵੀ ਪਹੁੰਚੇ ਹੋਏ ਸਨ ਤੇ ਉਹਨਾਂ ਨੇ ਵੀ ਦੇਖ ਕੇ ਬੜੀ ਹੈਰਾਨੀ ਜਤਾਈ ਕਿ ਬੱਚਿਆਂ ਦਾ ਜਜ਼ਬਾ ਦੇਸ਼ ਭਗਤੀ ਲਈ ਜੋ ਹੈ ਉਹ ਵਾਕਈ ਹੈਰਾਨ ਰਹਿ ਗਏ ਕਿ ਬੱਚੇ ਬਿਲਕੁਲ ਵੀ ਰੁਕੇ ਨਹੀਂ ਹੈ। ਨਹੀਂ ਤਾਂ ਜਿਸ ਤਰ੍ਹਾਂ ਦੇ ਨਾਲ ਮੀਂਹ ਪੈ ਰਿਹਾ ਹੈ ਤਾਂ ਹਰ ਕੋਈ ਛੱਤ ਲੱਭਦਾ ਹੈ, ਭੱਜ ਜਾਂਦਾ ਹੈ, ਪਰ ਇਹਨਾਂ ਬੱਚਿਆਂ ਦਾ ਜਜ਼ਬਾ ਦੇਖੋ ਕਿ ਇਹਨਾਂ ਨੇ ਬਿਲਕੁਲ ਕਦਮ ਆਪਣਾ ਅੱਗੇ ਵਧਾਉਂਦੇ ਗਏ ਨੇ, ਰੋਕਿਆ ਨਹੀਂ ਹੈ, ਵਰਦੇ ਮੀਂਹ 'ਚ ਵੀ ਲਗਾਤਾਰ ਪਰੇਡ ਕਰਦੇ ਰਹੇ ਨੇ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।